ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਠੀਕ ਠਾਕ ਹੋ ਤੇ ਅੱਜ ਮੈਂ ਆਇਆ ਸੀ ਸਮਾਨ ਲੈਣ ਅਸੀਂ ਦਰਵਾਜ਼ੇ ਦੇ ਲੌਬੀ 'ਚ ਬੈੱਡ ਬਣਾਉਣ ਲੱਗੇ ਤੁਹਾਨੂੰ ਦੱਸਿਆ ਸੀ ਉਹਦਾ ਸਮਾਨ ਲੈਣ ਆਇਆ ਸੀ ਬਟਾਲੇ ਤੇ ਨਾਲੇ ਮੈਂ ਸੋਚਿਆ ਕਿ ਅੱਜ ਮਣੀ ਨੂੰ ਇੱਕ ਸਰਪ੍ਰਾਈਜ਼ ਦੇਈਏ ਮਣੀ ਦਾ ਫੋਨ ਹੋ ਗਿਆ ਸੀ ਖਰਾਬ ਤੇ ਮਣੀ ਨੂੰ ਨਿਊ ਫੋਨ ਗਿਫਟ ਕਰਦੇ ਹਾਂ ਅੱਜ ਬਸ ਮੈਂ ਉਹੀ ਲੈਣ ਜਾਂਦਾ ਪਿਆ ਅੰਮ੍ਰਿਤਸਰ ਮੈਨੂੰ ਮੇਰੇ ਫਰੈਂਡ ਦਾ ਕਾਲ ਆਇਆ ਸੀ ਕਹਿੰਦਾ ਵੀ ਫੋਨ ਅਵੇਲੇਬਲ ਹੈਗਾ ਇਸ ਟਾਈਮ ਤੇ ਤੂੰ ਆ ਜਾ ਤੇ ਫੋਨ ਲੈ ਜਾ ਮੇਰੇ ਤੋਂ ਤੇ ਹੁਣ ਬਸ ਮੈਂ ਜੀ ਆ ਦੇਖੋ ਜਾਂਦਾ ਪਿਆ ਅੰਮ੍ਰਿਤਸਰ ਵੱਲ ਨੂੰ 4 ਵਜ ਚੱਲੇ ਆ ਮੈਂ 15 ਕੁ ਮਿੰਟਾਂ ਤੱਕ ਹੋਰ ਪਹੁੰਚ ਜਾਣਾ ਤੇ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਮੈਂ ਕਿਹੜਾ ਫੋਨ ਲਿਆ ਵਾ ਕਿਹੜਾ ਫੋਨ ਮਣੀ ਨੂੰ ਮੈਂ ਗਿਫਟ ਕਰਨਾ ਵਾ ਤੇ ਸਾਰਾ ਵਲੌਗ ਦਿਖਾਵਾਂਗੇ ਤੇ ਨਾਲੇ ਜਾ ਘਰ ਜਾ ਕੇ ਵੇਖਾਂਗੇ ਮਣੀ ਦਾ ਰਿਐਕਸ਼ਨ ਕਿਉਂਕਿ ਮੈਂ ਕਿਸੇ ਨੂੰ ਨਹੀਂ ਦੱਸਿਆ ਨਾ ਮੰਮਾ ਨੂੰ ਨਾ ਪਾਪਾ ਨੂੰ ਨਾ ਮਣੀ ਨੂੰ ਮੈਂ ਕਿਸੇ ਨੂੰ ਨਹੀਂ ਦੱਸਿਆ ਕਿ ਮੈਂ ਫੋਨ ਲੈਣ ਚੱਲਿਆ ਵਾਂ ਤੇ ਵੇਖੋ ਮਣੀ ਕਿੱਦਾਂ ਸਰਪ੍ਰਾਈਜ਼ ਹੁੰਦੀ ਆ ਤੇ ਬਾਕੀ ਜਾ ਕੇ ਦੇਖਦੇ ਹਾਂ ਕਿ ਮਣੀ ਦਾ ਰਿਐਕਸ਼ਨ ਕੀ ਆ ਤੇ ਕਿਵੇਂ ਦਾ ਲੱਗਦਾ ਉਹਨੂੰ ਨਵਾਂ ਫੋਨ ਵੇਖ ਕੇ ਵੈਸੇ ਮੈਨੂੰ ਕਾਫ਼ੀ ਚਿਰ ਤੋਂ ਕਹਿੰਦੀ ਪਈ ਸੀ ਕਿ ਫੋਨ ਲੈਣਾ ਨਵਾਂ ਫੋਨ ਲੈਣਾ ਹਾਂਜੀ ਜੀ ਫੋਨ ਮੈਂ ਲੈ ਲਿਆ ਅਤੇ ਮੈਂ ਹੋ ਗਿਆ ਬਹੁਤ ਜ਼ਿਆਦਾ ਲੇਟ ਅਤੇ ਤੁਹਾਨੂੰ ਅਜੇ ਦੱਸਣਾ ਨਹੀਂ ਮੈਂ ਕਿਹੜਾ ਫੋਨ ਆ ਇਹ ਮਣੀ ਆਪੇ ਬੋਕਸ ਖੋਲੂਗੀ ਅਤੇ ਉਹਨੂੰ ਲੱਗ ਜਾਏਗਾ ਪਤਾ ਨਾਲੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜੂਗਾ ਵੀ ਕਿਹੜਾ ਫੋਨ ਆ ਬਾਕੀ ਹੁਣ ਮੈਂ ਜਾਂਦਾ ਪਿਆ ਬਸ ਥੋੜ੍ਹਾ ਚਿਰ ਹੀ ਰਹਿ ਗਿਆ ਬਹੁਤ ਹਨੇਰਾ ਅਤੇ ਮੇਰੀ ਗੱਡੀ ਦੀ ਲਾਈਟ ਵਿਚਾਰੀ ਉੱਨੀ ਗਿਆ ਮੈਂ ਹੌਲੀ ਹੌਲੀ ਜਾਂਦਾ ਪਿਆ ਅਤੇ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਮਣੀ ਦਾ ਕੀ ਰਿਐਕਸ਼ਨ ਹੋਊਗਾ ਫਸਟ ਅਤੇ ਉਹਨੂੰ ਇੰਨਾ ਵਧੀਆ ਫੋਨ ਮਿਲਣਾ ਵਾ ਅਤੇ ਚਲੋ ਜੀ ਬਾਕੀ ਤੁਹਾਨੂੰ ਦਿਖਾਉਂਦੇ ਹਾਂ ਅੱਗੇ ਠੀਕ ਹੈ ਜੀ ਹਾਂਜੀ ਜੀ ਅਤੇ ਮੈਂ ਘਰ ਪਹੁੰਚ ਗਿਆ ਵਾਂ ਇਹਨੂੰ ਨੇ ਦੱਸਿਆ ਕਿ ਮੈਂ ਫੋਨ ਲੈ ਕੇ ਆਇਆ ਮਣੀ ਵਾਸਤੇ ਨਿਊ ਅਤੇ ਆਓ ਚੱਲਦੇ ਹਾਂ ਅੰਦਰ ਅਤੇ ਤੁਹਾਨੂੰ ਸਾਰਾ ਦਿਖਾਉਂਦੇ ਹਾਂ ਕਿ ਰਿਐਕਸ਼ਨ ਮਣੀ ਦਾ ਕੀ ਆ ਲਓ ਜੀ ਮੈਡਮ ਤਾਂ ਬਾਹਰ ਹੀ ਬੈਠੀ ਆ ਅਰੇ ਓ ਮੈਡਮ ਜੀ ਕੀ ਕਰ ਰਹੇ ਹੋ ये पूछोगे नहीं मुझसे कि मैं वीडियो क्यों बना रहा हूँ ये पूछोगे नहीं तुम नहीं पूछा सिगा तो यहाँ भी दस्ता में मैं तेरे को पता लेट हो गया जो साढ़े सात बज गए किन्ने फोन दिते एक फोन ही चुका थी फिर मैं बिजी सी ना तेरे को पता सामान लेने गया सी मैं कितना सामान ले गया मैं सवेरे तो गए हैं तो हूं 7 बज गए हूं आए हैं यस हूं आया मैं नाले दो दिन काम और ही ना सरप्राइज ही तेरे लिए ਤਾਂ ਹੀ ਤੇ ਵੀਡੀਓ ਬਣਾਉਂਦਾ ਪਿਆ ਤੈਨੂੰ ਸਰਪ੍ਰਾਈਜ਼ ਦੇਣਾ ਵਾ ਮੈਨੂੰ ਸਰਪ੍ਰਾਈਜ਼ ਨਹੀਂ ਮੈਨੂੰ ਕੀ ਦੇਣਾ ਸਰਪ੍ਰਾਈਜ਼ ਲੈ ਤੈਨੂੰ ਅੱਗੇ ਵੀ ਸਰਪ੍ਰਾਈਜ਼ ਦਿੱਤਾ ਸੀ ਝਾਂਜਰਾਂ ਦਾ ਚੇਤਾ ਕਰ ਐਨਿਵਰਸਰੀ ਦੇ ਪਤਾ ਹਾਂ ਤਾਂ ਹੁਣ ਇਹ ਬਿਗ ਸਰਪ੍ਰਾਈਜ਼ ਆ ਬਿਗ ਬਿਗ ਵੈਰੀ ਬਿਗ ਸਰਪ੍ਰਾਈਜ਼ ਸਰਪ੍ਰਾਈਜ਼ ਵੀ ਵੱਡਾ ਵਾ ਤੇ ਸਰਪ੍ਰਾਈਜ਼ ਮਹਿੰਗਾ ਵੀ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਮਹਿੰਗਾ ਸਰਪ੍ਰਾਈਜ਼ ਆ ਹੁਣ ਤੂੰ ਦੱਸ ਕੀ ਆ ਹਾਂਜੀ ਕੀਤਾ ਗੈਸ ਗੈਸ ਕਰੋ ਕੀ ਲੈ ਕੇ ਆਇਆ ਮੈਂ ਸੂਟ ਨਾ ਜੈਕਟ ਨਾ ਜੈਕਟ ਵੀ ਨਹੀਂ ਸੂਟ ਵੀ ਨਹੀਂ ਥੋੜ੍ਹਾ ਔਰ ਦਿਮਾਗ 'ਤੇ ਜ਼ੋਰ ਪਾਓ ਬੇਟਾ ਜੀ ਬਸ ਟੀ ਵੀ ਟੀ ਵੀ ਟੀ ਵੀ ਟੀ ਵੀ ਸਾਰਾ ਦਿਨ ਟੀ ਵੀ ਓਏ ਸੀ ਆਈ ਟੀ ਦੇਖਦਾ ਮੈਂ ਓਏ ਦੱਸੋ ਕੱਪੜਿਆਂ ਦੇ ਵਿੱਚੋਂ ਮਤਲਬ ਕਿ ਜਾਂ ਕੁਛ ਇਹ ਮੈਨੂੰ ਨਹੀਂ ਪਤਾ ਵੀ ਕੱਪੜਿਆਂ 'ਚੋਂ ਮੈਂ ਕਿੱਚੋਂ ਆ ਇਹ ਤੁਸੀਂ ਦੱਸੋ ਹਾਂਜੀ ਠੰਡ ਬਹੁਤ ਜ਼ਿਆਦਾ ਇਸ ਕਰਕੇ ਮੈਂ ਟੋਪੀ ਪਾ ਲਈ ਇਹ ਤੁਸੀਂ ਦੱਸੋ ਵੀ ਕੀ ਹੋ ਸਕਦਾ ਮੈਨੂੰ ਨਹੀਂ ਪਤਾ ਕਹਿ ਹਾਰ ਗਈ ਮੈਂ ਪਤੀ ਦੇਵ ਜੀ ਮੈਂ ਹਾਰ ਗਈ ਚੱਲ ਦੱਸੋ ਸਰਪ੍ਰਾਈਜ਼ ਆ ਮੇਰੇ ਮਗਰ ਪਿਆ ਵਾ ਅੱਜ ਆਈ ਕਾਬੂ ਅੱਜ ਮੈਂ ਕੁਛ ਵੀ ਕਰਾ ਸਕਦਾ ਹਨਾ ਚੱਲ ਦੱਸੋ ਵੀ ਸੱਤੇ ਨੂੰ ਸਾਨੂੰ ਸਰਪ੍ਰਾਈਜ਼ ਮਿਲਣਾ ਹਾਂ ਪਹਿਲਾਂ ਦੱਸਦਾ ਫਿਰ ਦੱਸੋ ਪੱਕਾ ਹਾਂ ਪ੍ਰੋਮਿਸ ਪ੍ਰੋਮਿਸ ਡਰ ਤਾਂ ਜਾਏਗੀ ਸਾਫ ਸੁਪ ਤਾਂ ਨਹੀਂ ਹੋਈ ਸਾਫ ਨਹੀਂ ਆ ਚੱਲ ਮੈਂ ਦਿਖਾਉਣਾ ਆਵੇ ਤੇਰੇ ਲਈ ਸਰਪ੍ਰਾਈਜ਼ ਲੈਣ ਤੱਕ ਹਾਂ ਮੂੰਹ ਵੱਡੇ ਰਹਿ ਗਿਆ ਕੀ ਗੱਲ ਆ ਹਾਂ ਸੱਚੀ ਲੈ ਹੋਰ ਤੈਨੂੰ ਝੂਠ ਬੋਲਣਾ ਹਾਂ ਹੋ ਗਿਆ ਯਕੀਨ ਲਿਆ ਦੇ ਦੇ ਫਿਰ ਨਹੀਂ ਯਕੀਨ ਹੋ ਰਿਹਾ ਜੀ ਤੇ ਕਰ ਰਿਮੂਵ ਇਹਦਾ ਸਟਿੱਕਰ iPhone 12 Pro ਆ ਜੀ ਮਣੀ ਦਾ ਨਿਊ ਫੋਨ iPhone 12 Pro ਗੋਲਡ ਕਲਰ ਹਾਂ ਜੀ ਕੀ ਵਿਚਾਰ ਆ ਦਿਮਾਗ ਘੁੰਮਣਿਆ ਦਿਮਾਗ ਘੁੰਮਣਿਆ ਹਾਏ ਰੱਬਾ ਥੈਂਕ ਯੂ ਚੱਲ ਮਣੀ ਆਉਣ ਕਰ ਇਹਨੂੰ ਤੇ ਫਿਰ ਸਿਮ ਸੁਮ ਪਈਏ ਇਹ 'ਚ
लो जी। हाँ जी हो रहा है यकीन के नहीं? कोई नहीं सर, फोटो खींचूंगी ना, खींचूंगी फोटो खींचूंगी। थैंक यू। हाँ जी, कैसा महसूस हो रहा है नवा फोन लेने के बाद? बहुत 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 वधिया। मैंने तेनू ऐ लगदा कि मैं तेरे फोन लेके आऊंगा। नहीं एगो ते फिर सरप्राइज आ। थैंक यू, बिग बिग सरप्राइज। खुश है ना? बहुत ज्यादा। चल भी तेरा भी नवा फोन हो गया ना, ये तेरा टूटा गया फोन ही तेरा। किथे का तेरा फोन? मेरा फोन टूटा गया। मणि दा पहला फोन टूटा गया ना, चले ना फ्रंट कैमरा सही ना बैक वाला। बैक तो कवर बहुत सोहना पाया फुल वाला ना इहनू। ਟੋਰ ਤੇ ਗੱਡੇ ਰੱਖਣੀ ਨਾ ਵਜਰੇ। ਚਲੋ ਜੀ, ਹੁਣ ਤਾਂ ਟੋਰ ਸਾਰੇ ਜ਼ਿਆਦਾ ਹੋ ਗਿਆ ਹੈ ਮਣੀ। ਥੈਂਕ ਯੂ। ਚਲ ਹੁਣ ਮੈਨੂੰ ਫਿਰ, ਮੈਂ ਮਤਲਬ ਵੀ ਅਜਦਾਂ ਦਿਨ ਮੈਂ ਤੇਰੇ ਕੋ ਕੁਛ ਵੀ ਮਨਾ ਸਕਦਾ ਹਨਾ। ਹਾਂ ਦੱਸੋ, ਅੱਜ ਦੀ ਰਾਤ ਮੈਂ ਤੇਰੇ ਕੋ ਕੁਛ ਵੀ ਕਰਾ ਸਕਦਾ ਕਿਉਂਕਿ ਮੈਂ ਤੈਨੂੰ ਫੋਨ ਲੈ ਕੇ ਆਇਆ। ਅੱਜ ਮੈਂ ਕਰਕੇ ਕਰੂੰਗੀ ਜੋ ਕਹੂੰਗੇ ਵੀ ਕਰੂੰਗੀ। ਚਲ ਪਹਿਲੀ ਗੱਲ ਤੇ ਮੇਰੇ ਲੱਤਾਂ ਲੁੱਤਾਂ ਘੁੱਟ ਮੇਰੀਆਂ, ਸੇਵਾ ਕਰੋ, ਰੱਜ ਕੇ ਸੇਵਾ ਕਰੋ। ਮੈਂ ਸੇਵਾ ਕਰਾਉਣੀ ਆ, ਰੱਜ ਕੇ ਸੇਵਾ ਕਰੋ। ਠੀਕ ਆ। ਚਲੋ ਫਿਰ ਬਣਾਓ ਰੋਟੀ ਪਾਣੀ, ਖਾਈਏ। ਭੁੱਖ ਲੱਗੀ ਸਵੇਰ ਦੀ, ਮੈਂ ਕੁਛ ਨਹੀਂ ਖਾਧਾ। ਮੈਂ ਸਵੇਰ ਦਾ ਪਹਿਲਾਂ ਉੱਧਰ ਗਿਆ ਫਿਰ ਤੇਰਾ ਫੋਨ ਲੈਣ ਗਿਆ। ਹਾਏ ਤੇ ਸੱਚੀ, ਮੇਰੇ ਲਈ ਇੰਨਾ ਦੂਰ ਜਾ ਕੇ ਫੋਨ ਲੈ ਕੇ। ਥੈਂਕ ਯੂ। ਚਲੋ ਉੱਠੋ ਫਿਰ, ਤੁਰਦੇ ਫਿਰਦੇ ਨਜ਼ਰ ਆ। ਹੁਣ ਹੁਣ ਇਹ ਨਹੀਂ ਵੀ 24 ਘੰਟੇ ਫੋਨ ਲੈ ਕੇ ਬੈਠੇ ਰਹਿਣਾ। ਨਹੀਂ, ਸਵੇਰੇ ਫੋਟੋਆਂ ਖਿੱਚਾਂਗੇ ਨਵੀਆਂ ਨਵੀਆਂ, ਨਵੀਂ ਨਵੀਆਂ ਫੋਟੋਆਂ ਨਵੇਂ ਨਵੇਂ ਫੋਨ 'ਚ। ਠੀਕ ਆ, ਚੱਲ ਵੀ। ਥੈਂਕ ਯੂ। ਥੈਂਕ ਯੂ ਵੈਰੀ ਮੱਚ। ਚਲੋ ਹਾਂ, ਗੱਡੀ ਕਾ ਤੁਰ ਗਈ ਆ ਫੋਟੋ ਸ਼ੂਟ। ਨਾਲੇ ਸੋਹਣੇ ਸੋਹਣੀਆਂ, ਨਾਲੇ ਵੇਹਨੇ ਆ ਫੋਨ ਦੀ ਕੀ ਕਲੈਰਿਟੀ ਆ। ਮੈਂ ਵੀ ਨਹੀਂ ਕੈਮਰਾ ਚੈੱਕ ਕੀਤਾ ਅਜੇ, ਕਰੀਏ ਫਿਰ ਕੈਮਰਾ ਚੈੱਕ ਦਾ। ਹਾਂਜੀ, ਮਾਰੋ ਪੋਜ਼ ਕੋਈ, ਠੰਡ ਲੱਗੀ ਨਾ ਹੁਣ, ਖਿੱਚਣਾ ਫੋਟੋ। ਹੋਰ ਠੰਡ ਤੇ ਹੁਣ ਆਈ ਹੈ, ਮੈਂ ਕਰਾਂ ਹੁਣ ਆਪੇ, ਤੈਨੂੰ ਚਾਅ ਚੜਿਆ ਠੰਡ 'ਚ ਫੋਟੋ ਖਿਚਾਉਣ ਦਾ। ਚਲੋ ਜੀ ਫੋਟੋ ਖਿੱਚ ਲਾਂ ਫਿਰ ਤੁਹਾਨੂੰ ਦਿਖਾਉਂਦਾ ਵਾਂ। ਚੱਲ ਹੱਸ। ਹਾਂ ਬਹੁਤ ਸੋਹਣੀ ਆਈ ਫੋਟੋ ਨੀ? ਆਵੇ ਸੋਹਣੀ ਹੈ ਨਾ। ਚੱਲ ਇੱਕ ਹੋਰ ਖਿੱਚਦਾ, ਠੰਡ ਬੜੀ ਛੇਤੀ ਕਰ। ਚੱਲ ਲੈ ਇੱਕ ਫੁੱਲ ਖਿੱਚ ਦਿੰਦਾ, ਹੈਂ ਇੱਕ ਫੁੱਲ ਖਿੱਚਦਾ। ਨਹੀਂ ਲਾਲਾ ਇੱਕ ਵਾਰੀ ਲਾਲਾ, ਰਹਿਣ ਦੇ ਠੰਡ ਬੜੀ ਆ। ਚੱਲ ਚੱਲ ਚੱਲ, ਇਸਮਾਈਲ ਦੇ ਇਸਮਾਈਲ, ਹੱਸ। ਚੱਲ ਵੀ ਆਈਆਂ ਜੀ, ਅੰਦਰ ਬਹਿ ਕੇ ਬਹਿੰਦੇ ਆ ਜਾ। ਹੁਣ ਵਿਖਾਉਂਦੇ ਹਾਂ ਜੀ ਤੁਹਾਨੂੰ ਫੋਟੋਆਂ ਮਣੀ ਦੀਆਂ। ਲਓ ਜੀ ਇੱਕ ਤਾਂ ਆਹ ਫੋਨ, ਮਣੀ ਬਹੁਤ ਸੋਹਣੀ ਫੋਟੋ ਖਿੱਚਦਾ ਨਾ। ਆਵੇ ਕਿੰਨੇ ਸੋਹਣੇ ਸੋਹਣੇ ਫੋਟੋ ਆਈਆਂ ਨਾ। ਚਲੋ ਜੀ ਚੱਲੀਏ ਹੁਣ, ਮੈਡਮ ਠਰ ਗਈ ਨਾ, ਮੈਨੂੰ ਵੀ ਠਾਰਿਆ ਜੀ। ਚਲੋ ਜੀ ਅਸੀਂ ਚੱਲੇ ਹਾਂ ਦੀਦੀ ਕੋ। ਓਕੇ ਬਾਏ, ਬਾਏ ਕਰਦੇ ਸਾਰਿਆਂ ਨੂੰ।